ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਪਰਸੋਂ ਹੈਗਾ 3 ਨਵੰਬਰ ਨੂੰ ਜੋ ਵਰਲਡ ਦੇ ਵਿੱਚ ਸਮੂਹ ਲੋਕ ਜਿਹੜੇ ਐ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਆ ਔਰ ਸਾਰਿਆਂ ਵਾਸਤੇ ਪੰਜਾਬ ਵਾਸਤੇ ਹਿੰਦੁਸਤਾਨ ਵਾਸਤੇ ਸਾਡੇ ਜ਼ਿਲ੍ਹੇ ਵਾਸਤੇ ਸਾਰਿਆਂ ਵਾਸਤੇ ਬੜੀ ਵਧਾਈ ਦੀ ਗੱਲ ਹੈ ਔਰ ਇਹ ਸ਼ੁਭ ਦਿਨ ਜਿਹੜਾ ਹੈਗਾ ਪਰਸੋਂ ਹੈਗਾ ਔਰ ਮੈਂ ਆਪਣੇ ਵੱਲੋਂ ਆਪ ਦੇ ਜ਼ਿਲ੍ਹਾ ਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਇਸ ਮੁਬਾਰਕ ਦਿਨ ਦੇ ਸਬੰਧ ਚ ਲੱਖ ਲੱਖ ਵਧਾਈ ਦਿੰਦਾ ਇੱਥੇ ਮੈਂ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਫਾਜ਼ਿਲਕਾ ਦੇ ਵਿੱਚ ਗੁਰਦੁਆਰਾ ਪਿੰਡ ਹਰੀਪੁਰਾ ਵਿਖੇ ਖੰਡਪਟ ਸਾਹਿਬ ਅੱਜ ਸ਼ੁਰੂ ਕੀਤੇ ਗਏ ਨੇ ਉੱਥੇ ਔਰ ਪਰਸੋਂ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈਗਾ ਉਸ ਦਿਨ ਪਰਸੋਂ ਖੰਡਪਟ ਸਾਹਿਬ ਦੇ ਭੋਗ ਵੀ ਪਹਿਣਗੇ ਔਰ ਉੱਥੇ ਬਹੁਤ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਜਨਤਾ ਜੋ ਸਾਨੂੰ ਪਤਾ ਲੱਗਾ ਉੱਥੇ ਪਹੁੰਚਦੇ ਆ ਇਸ ਸਾਲ ਵੀ ਸ਼ਰਦਾ ਮੁਤਾਬਕ ਲੋਕ ਉੱਥੇ ਪਹੁੰਚਣਗੇ ਮੈਂ ਸਾਰਿਆਂ ਨੂੰ ਬਤਾਈ ਦਿੰਨਾ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਅਰੇਂਜਮੈਂਟਸ ਕਰਨੇ ਬਣਦੇ ਆ ਕੋਵਿਡ ਨੂੰ ਦੇਖਦੇ ਹੋਏ ਉਹ ਬੇਨਤੀ ਅਸੀਂ ਸਾਰਿਆਂ ਨੂੰ ਕੀਤੀ ਹੈ ਸੋਸ਼ਲ ਡਿਸਟੈਂਸਿੰਗ ਬਣਾਈ ਜਾਵੇ ਔਰ ਮਾਸਕ ਜ਼ਰੂਰ ਪਾਏ ਜਾਣ ਔਰ ਇੱਥੇ ਫਾਜ਼ਲਕਾ ਦੇ ਵਿੱਚ ਵੀ ਔਰ ਹੋਰ ਥਾਵਾਂ ਤੇ ਵੀ ਆਪਣੇ ਲੈਵਲ ਤੇ ਗੁਰਦੁਆਰਾ ਸਬਾਨ ਜਲੂਸ ਵੀ ਕੱਢਦੇ ਐ ਬਲਕਿ ਮੈਂ ਇੱਕ ਅਲਾ ਫਾਜ਼ਿਲਕਾਨੀ ਕਹੂੰਗਾ ਸਾਰੇ ਇਤਿਹਾਸਿਕ ਗੁਰਦੁਆਰੇ ਜਿਹੜੇ ਗੁਰਦੁਆਰਾ ਸਬਾਨ ਵੱਖ-ਵੱਖ ਸ਼ਹਿਰਾਂ ਅੰਜਲੀਆਂ ਚ ਸਾਰੇ ਵਰਲਡ ਦੇ ਵਿੱਚ ਜਿੱਥੇ ਕਿਤੇ ਹੈਗੇ ਇਸ ਪੂਰਬ ਨੂੰ ਬੜੇ ਹੀ ਸ਼ਰਧਾ ਨਾਲ ਬਣਾਉਂਦੇ ਐ ਔਰ ਬੜੇ ਹੀ ਸੁੰਦਰ ਤਰੀਕੇ ਨਾਲ ਜਲੂਸ ਵੀ ਕੱਢੇ ਜਾਂਦੇ ਐ ਇਥੇ ਬਦਾਈ ਦੇ ਨਾਲ ਨਾਲ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦਾ ਕਿ ਆਪਾਂ ਕਰੋਨਾ ਤੋਂ ਵੀ ਬਚੀਏ ਮਾਸਕ ਪਾ ਕੇ ਰੱਖੀਏ ਔਰ ਕੋਈ ਵੀ ਐਸੀ ਗੱਲ ਜਿਹੜੀ ਹੈ ਕਿਸੇ ਦਾ ਨੁਕਸਾਨ ਨਾ ਹੋਵੇ ਔਰ ਬੜਾ ਹੀ ਅੱਛੇ ਢੰਗ ਨਾਲ ਆਪਾਂ ਇਹ ਗੁਰਪੁਰ ਮਨਾਈਏ ਔਰ ਪ੍ਰਮਾਤਮਾ ਕਰੇ ਸਭ ਦੀਆਂ ਇੱਛਾਵਾਂ ਪੂਰੀਆਂ ਹੋਣ ਚੜ੍ਹਦੀ ਕਲਾ 'ਚ ਰੱਖੇ ਪ੍ਰਮਾਤਮਾ ਸਭ ਨੂੰ ਮਨੋਗਾਮਨਾ ਸਾਰਿਆਂ ਦੀ ਪੂਰੀਆਂ ਹੋਣ ਕਿਸੇ ਤਰ੍ਹਾਂ ਦਾ ਕੋਈ ਕਿਸੇ ਨੂੰ ਨੁਕਸਾਨ ਨਾ ਹੋਵੇ ਪਿਛਲੇ ਸਮੇਂ ਦੌਰਾਨ ਕਰੋਨਾ ਦੇ ਵਿੱਚ ਕਾਫੀ ਲੋਕਾਂ ਦੀਆਂ ਜਾਨਾਂ ਗਈਆਂ ਅਸੀਂ ਇਸ ਦਿਨ ਗੁਰਪੁਰਬ ਵਾਲੇ ਦਿਨ ਖਾਸ ਤੌਰ ਤੇ ਅਰਦਾਸ ਵੀ ਕਰਾਂਗੇ ਵੀ ਪ੍ਰਮਾਤਮਾ ਸੁੱਖ ਰੱਖੇ ਕੋਈ ਅੱਗੋਂ ਹੋਰ ਨਾ ਕੋਈ ਨੁਕਸਾਨ ਹੋਵੇ ਇਹ ਅਸੀਂ ਅਰਦਾਸ ਜ਼ਰੂਰ ਕਰਾਂਗੇ ਸਾਡਾ ਇਲਾਕਾ ਸਾਡਾ ਪੰਜਾਬ ਸਾਡਾ ਮੁਲਕ ਬਚਿਆ ਰਹੇ ਵੀ ਅਗੇ ਤੋਂ ਕੋਈ ਵੀ ਕੋਰੋਨਾ ਦਾ ਨੁਕਸਾਨ ਨਾ ਹੋਵੇ। ਧੰਨਵਾਦ।